ਫਤਿਹ ਚੌਲ ਚੂਲ ਲਾਤੇ ਵੀ ਅਸੀਂ ਅਤੇ ਮੀਂਹ ਵੀ ਮਹਾਰਾਜ ਨੇ ਵਧੀਆ ਪਾਤਾ ਅਤੇ ਕਰਦੇ ਹਾਂ ਐਕਸਰਸਾਈਜ਼ ਸਟਾਰਟ। ਨਿਰਮਲਜੀਤ ਆਇਆ ਸੀ ਆਪਣੇ ਕੋਲ, ਆ ਜਾ ਨਿਰਮਲਜੀਤ, ਆ ਜਾ ਆ ਜਾ। ਇੱਕ ਪਾਸਪੋਰਟ ਦਾ ਦੰਦਾ ਫਸਿਆ ਹੋਇਆ ਸੀ, ਹੈ ਨਾ, ਦੰਦਾ ਵੀ ਜ਼ਿਆਦਾ ਹੀ ਫਸਿਆ ਸੀ। ਉਹ ਸੀਗਾ ਲੜਾਈ ਝਗੜੇ ਦਾ ਸੀ ਕੰਮ, 2010 ਦਾ ਸੀ, 2013 'ਚ ਔਨਲਾਈਨ ਹੋਇਆ, ਹੈ ਨਾ, ਨਾ ਤਾਂ ਜੱਜ ਦਾ ਪਤਾ, ਨਾ ਡੇਟ ਦਾ ਪਤਾ, ਕੁਛ ਵੀ ਨਹੀਂ ਪਤਾ ਸੀ ਵੀ ਕੀ ਚੱਕਰ ਕਰਨਾ। ਫਰਜ਼ ਕਰ ਲਓ ਇਹ ਕੰਮ ਸੀ ਬਈ, ਆਪਾਂ 2-3 ਕਿੱਲਿਆਂ ਦੇ ਵਿੱਚ ਸੂਈ ਭਾਲਣੀ ਹੋਵੇ, ਉਹ ਕੰਮ ਸੀ, ਹੈ ਨਾ। ਚਲੋ ਮਹਾਰਾਜ ਨੇ ਕਿਰਪਾ ਕੀਤੀ ਅਤੇ ਸਾਰਾ ਕੁਛ ਲੋਟ ਹੋ ਗਿਆ ਅਤੇ ਹੁਣ ਚਲੋ ਬਸ ਇੱਕ ਅੱਧੇ ਦਿਨ 'ਚ ਸੋਮਵਾਰ ਜਾਂ ਮੰਗਲਵਾਰ, ਉਹ 2-3 ਦਿਨ ਦਿੰਦੇ ਆ ਉਹ ਪਾਸਪੋਰਟ ਦਫ਼ਤਰ ਵਾਲੇ ਵੀ, ਹੈ ਨਾ, ਜਿਹੜੀ ਉਹਨੇ ਲੈਟਰ ਕੱਢੀ ਸੀ ਉਹ 3 ਦਿਨ ਦਾ ਟਾਈਮ ਦਿੱਤਾ ਹੋਇਆ, 3 ਦਿਨ ਦੇ ਵਿੱਚ ਦਾ ਵੀ ਵੀਕ ਦੇ ਵਿੱਚ ਕਿਹੜੇ ਕਿਹੜੇ ਦਿਨ ਆ ਸਕਦੇ ਹੋ, ਹੈ ਨਾ, ਜੇ ਕਿਸੇ ਨੂੰ ਕਦੇ ਉੱਥੇ ਬੁਲਾਉਂਦੇ ਆ ਇਹ ਦੇਖ ਲਿਆ ਕਰੋ ਸਾਡਾ ਗੇੜਾ ਹੀ ਲੱਗ ਗਿਆ। ਮੰਗਲਵਾਰ 'ਤੇ ਕਿਹੜਾ ਦੇਣਾ ਬਈ? ਮੈਨੂੰ ਉਮੀਦ ਆ ਸੋਮਵਾਰ, ਮੰਗਲਵਾਰ ਅਤੇ ਫਰਾਈਡੇ, 3 ਦਿਨ ਆ, ਹੈ ਨਾ। ਹੁਣ ਸੋਮਵਾਰ ਜਾਵਾਂਗੇ, ਉਹ ਵੀ 9:30 ਤੋਂ 12:30 ਵਜੇ ਤੱਕ ਟਾਈਮ ਉਨਾ ਹੀ, ਉਦੋਂ ਬਾਅਦ ਨਹੀਂ ਉਹਨਾਂ ਨੇ ਲੈਣਾ। ਜਿਵੇਂ ਜੇ ਕਿਸੇ ਨੂੰ ਇਨਕੁਆਇਰੀ ਜਾਂ ਚੱਕਰ ਪੈਂਦਾ ਉੱਥੇ ਦੇ ਕੇ ਆਉਣੇ ਆ, ਇਹੀ ਟਾਈਮ ਆ, 34 ਸੈਕਟਰ, ਠੀਕ ਆ। ਚਲੋ ਬਈ ਰੈਡੀ, 50 ਦਾ ਗਰਦਨ ਵੀ ਹੋਣੀ ਹੈ। ਲੱਤ ਸਿੱਧੀ ਕਰਨੀ ਆ, ਰੈਡੀ 10। ਪੰਜ ਹੋਰ
ਪੁੱਟ ਲੂ। ਮੀਂਹ ਕਰਕੇ ਰੋਡ ਜੇ ਨਿਕਲਿਆ ਨਾ, ਕੱਲ ਨੂੰ ਦੌਰਮਿੰਟ ਲਾਵਾਂਗੇ ਤੇ ਗਰਮੀ ਕਿਹਨੂੰ ਨਹੀਂ ਆਈ ਉਹ ਸਮਝ ਲਓ, ਜ਼ੋਰ ਨਹੀਂ ਲਾਉਂਦਾ ਜਿਹਨੂੰ ਗਰਮੀ ਨਹੀਂ ਆਈ। ਕੋਈ ਨਾ, ਕੱਲ੍ਹ ਤਾਂ ਸੈੱਟ ਲਾ ਕੇ ਫਿਰ ਦੇਖਿਆ ਕਰ ਕਿਹੜਾ ਸੈੱਟ ਸਹੀ ਲਾਉਂਦਾ ਕਿਹੜਾ ਗਲਤ ਲਾਉਂਦਾ, ਹੈ ਨਾ। ਹੁਣ ਤਾਂ ਇੱਧਰ ਧਿਆਨ ਹੁੰਦਾ। ਚਲੋ ਹੁਣ ਦੂਜਾ ਪੈਰ ਮੂਹਰੇ ਸੱਜਾ, 20 ਦਾ ਟਕਾ ਕੇ ਖਿੱਚ ਕੇ ਲੰਮੇ ਮਾੜਾ ਮੋਟਾ ਨਾਲ ਕਮੈਂਟਰੀ ਥੋੜ੍ਹੀ ਜਿਹੀ। ਜਿਹੜਾ ਲੱਤ ਲੁੱਤ ਨਹੀਂ ਸਿੱਧੀ ਕਰਦਾ, ਪਿੱਛੇ ਨੂੰ ਲੱਤ ਕੱਢਣੀ ਆ ਸਿੱਧੀ। ਐਕਸਰਸਾਈਜ਼ ਤਾਂ ਬਹੁਤ ਹੋ ਜਾਂਦੀ ਹੈ ਬੋਡੀ ਵੇਟ ਨਾਲ, ਹੈ ਨਾ। ਬਾਹਲੀਆਂ ਚੀਜ਼ਾਂ ਕਰਨ ਨਾਲੋਂ ਇੱਕ ਚੀਜ਼ ਨੂੰ ਰਿਪੀਟ ਕਰੋ ਬਸ, ਉਹੀ ਬਾਣੀ ਵਾਲਾ ਵੀ ਕੰਮ। ਉਹ ਕਹਿੰਦੇ ਇੱਕ ਚੀਜ਼ ਫੜ ਲਓ, ਕਿਹੜਾ ਮਰਜ਼ੀ ਅੱਖਰ ਜਾਪ ਦਾ ਲਾ ਲਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰਿਆਂ ਨੂੰ ਵੱਡਾ ਮੰਤਰ ਆ ਰਿਪੀਟ। ਉਹੀ ਇਹ 'ਚ ਵੀ ਰਿਪੀਟ, ਹੈ ਨਾ। ਬਾਹਲੀ ਆਹ ਵੀ ਕਰ ਲਈ, ਉਹ ਵੀ ਕਰ ਲਈ, ਉਹ ਵੀ ਕਰ ਲਈ, ਉਹ ਵੀ ਕਰ ਲਈ, ਇੱਕ ਨੂੰ ਰਿਪੀਟ ਕਰੀ ਚੱਲੋ। ਰੈਡੀ 30 ਕਿੰਨਾ ਟੈਂਪਰੇਚਰ ਆ ਬਾਈ? 26 ਦਾ, 26 ਦਾ ਤੇ 42 ਦਾ। ਗਰਮੀ ਦੇ ਕਰਕੇ ਕਹਿਣਾ ਕਿ ਟੈਂਪਰੇਚਰ 42 ਵਾਲਾ ਕੰਮ ਕੀਤਾ, ਉਹ ਤਾਂ 26 ਹੋਊ, ਹੱਦ 25-26 ਦਾ ਹੀ ਹੋਣਾ। ਕੋਈ ਵੀ ਸੈੱਟ ਆ, ਜਿੰਨਾ ਲੰਬਾ ਖਿੱਚੋਗੇ ਉਨੀ ਕਸਾਂ 'ਚ ਜਾਓਗੇ, ਠੀਕ ਨੇ। ਫਾੜ ਕਰੋ ਬਸ, ਹੈ ਨਾ। ਮਿਚ ਮਿਚ ਆਪਾਂ ਤਾਂ ਹੁੰਦਾ ਨਹੀਂ ਕਰਨਾ, ਟਾਈਮ ਖਰਾਬ। ਟਾਈਮ ਖਰਾਬ ਕਿਉਂ ਕਰਨਾ ਫਿਰ, ਸਿਰੇ ਦੇ ਡੰਡੇ ਵਾਲਾ ਕੰਮ ਕਰੋ। ਜਿਹਨੂੰ ਗਰਮੀ ਨਹੀਂ ਆਉਂਦੀ ਭਾਈ ਇੱਥੇ ਆ ਜਾਓ ਜੰਡ। ਜੇ ਕਈ ਕਹਿੰਦੇ ਸਾਨੂੰ ਗਰਮੀ ਨਹੀਂ ਆਉਂਦੀ ਐਕਸਰਸਾਈਜ਼ ਕਰਦਿਆਂ ਨੂੰ, ਮੈਨੂੰ ਮਿਲਿਆ 4-5 ਤਾਂ ਜਿਹੜੇ ਕਹਿੰਦੇ ਸਾਨੂੰ ਗਰਮੀ ਨਹੀਂ ਆਉਂਦੀ, ਤਾਂ ਇੱਥੇ ਹੈਗਾ ਤਬੀਤ ਵੀਰੇ, ਜੰਡ ਦੱਬਿਆ ਹੋਇਆ, ਜ਼ਰੂਰ ਆਓ ਇੱਥੇ। ਚਲੋ ਰੈਡੀ।
25 ਦਾ ਗੋ ਸੱਚ ਕੇ ਜਿਹੜਾ ਲੱਤ ਸਿੱਧੀ ਪਿੱਛੇ ਨੂੰ ਪਿੱਛੇ ਕੱਢਣੀ ਲੱਤ ਓਏ ਲੱਤ ਨਹੀਂ ਪਿੱਛੇ ਜਾਂਦੀ ਤੇਰੀ ਹਾਂ ਥੱਲੇ ਥੱਲੇ ਗੋਡ 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 ਬਹੁਤ ਵਧੀਆ ਅੰਬੇ ਗੱਲ ਨਹੀਂ ਹਿਲਦਾ ਗੱਲ ਵੀ ਹਿਲਾਉਣਾ ਹੈ ਚੱਕ ਮਾਰਨਾ ਝੱਕਣਾ ਹਾਂ ਇੱਥੇ ਥੱਲੇ ਲੱਗ ਜਾ ਧੋਣਾ ਉਹਦੇ ਨਾਲ ਚੱਕਣੀ ਆ ਇਹਦੇ ਨਾਲ ਆਏ ਉਹ ਥੱਲੇ ਲੱਗ ਜਾਣਾ ਸਿੱਖਣਾ ਹੀ ਨਹੀਂ ਅਸੀਂ ਤੇ ਚਾਰ ਚਾਰ ਮਹੀਨੇ ਹੋ ਗਏ ਸਾਨੂੰ ਐਕਸਰਸਾਈਜ਼ ਨਹੀਂ ਪਤਾ ਲੱਗਿਆ ਕਿਵੇਂ ਕਰਦੇ ਹਾਂ ਹੁਣ ਮੈਂ ਡਾਂਗ ਨਹੀਂ ਫੇਰੂ ਜੇ ਹੁਣ ਗਲਤੀ ਗਲਤੀ ਕਰ ਨਵਾਂ ਬੰਦਾ ਕਰ ਦੇਵੇ ਹੈਂ ਤੁਹਾਨੂੰ ਐਕਸਰਸਾਈਜ਼ ਨਹੀਂ ਪਤਾ ਵੀ ਐਕਸਰਸਾਈਜ਼ ਅਸੀਂ ਕਿਵੇਂ ਕਰਦੇ ਹਾਂ ਇੱਥੇ ਲੈ ਕੇ ਜਾਣਾ ਇੱਥੇ ਇੱਥੋਂ ਇੱਥੋਂ ਗਾਲਾਂ ਹੀ ਮਾਰਨਾ ਤਾਂ ਲੈ ਇੱਥੋਂ ਫਿਰ ਥੱਲੇ ਫਿਰ ਇੱਥੋਂ ਡੈਡੀ ਵੀ ਥੱਲੇ ਲੱਕ ਥੱਲੇ ਐਂ ਥੱਲੇ ਲਾਉਣਾ ਲਿਜਾ ਕੇ ਸਟ੍ਰੈਚ ਕਰੋ ਲੱਤਾਂ ਮੂਹਰੇ ਪਿੱਛੇ ਹੋ ਕੇ ਚੱਕਣਾ ਮੂਹਰੇ ਇੱਕ ਪਿੱਛੇ ਖੋਲੋ 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 ਜੇ ਵੱਧ ਖਿੱਚ ਪੈਣ ਲੱਗ ਜਾਵੇ ਹੱਥਾਂ 'ਤੇ ਭਾਰ ਦੇ ਲਈਦਾ ਖੋਲੋ 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 ਉਹੀ ਸਿੱਧੀ ਥੱਲੇ ਨੀਵੀਂ ਕਰ ਲਓ ਪੂਰੀਆਂ 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 ਨੀਵੀਆਂ ਕਰ ਲਓ ਖੋਲੋ 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 ਗੁੱਡ ਗੁੱਡ ਇਹ ਬਾਹਲੀ ਜ਼ਰੂਰੀ ਇਸ ਪੈਰ ਦੀ ਚਲੋ ਉੱਧਰ ਨੂੰ ਮੂੰਹ ਪੈਰ ਪਰੇ ਘੁਮਾਓ ਹਾਂ ਥੱਲੇ 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 ਤੋਂ ਐਡ ਕਰੋ ਲੈ ਕੇ ਥੱਲੇ ਨੂੰ ਗੋਡਾ ਪਿਛਲਾ ਦੇਣਾ ਕਰੋ ਦੂਏ ਪਾਸੇ ਰਿਲੈਕਸ ਵਿਚਾਲੇ ਰਿਲੈਕਸ ਕਰੋ ਬਾਲ ਢਿੱਲਿਆ ਜਾ ਹਜੇ ਕਿਰਾਏ ਜਿਹਾ ਮਿਲ ਜਾਂਦਾ ਉਹ ਲਿਆਉਂਦੇ ਉਹਦੇ ਬੜੀ ਨਹੀਂ ਗੱਲ ਉਹ ਚਾੜਨ ਵਾਲਾ ਉਹ ਸਹੀ ਨਹੀਂ ਸੀ ਹਾਂ ਉਹ ਡੁਪਲੀਕੇਟ ਜਿਹਾ ਸੀ ਉਹਨਾਂ ਦਾ ਆਪਾਂ ਦੂਜਾ ਵੀ ਲਿਆ ਸਕਦੇ ਚੌੜਾ ਉਹ ਦੂਜਾ ਲਾਸਟਿਕ ਲੈ ਕੇ ਆਪ ਹੀ ਉਹ ਜੋੜ ਲਵਾ ਲਵੇ ਬਾਈ ਉਹ ਵੀ ਵਧੀਆ ਚੀਜ਼ ਆ ਫਿਰ ਬਾਲ ਨਹੀਂ ਮੂੰਹ 'ਚ ਪੈਂਦਾ ਨਾ ਬਾਲ ਹਿੱਲਣ ਤੁਹਾਡੇ ਮੈਂ ਇੱਥੇ ਪਾ ਲਓ ਉਹਨੂੰ ਨਾਲੇ ਪਸੀਨਾ ਨਹੀਂ ਮੂੰਹ 'ਚ ਪੈਂਦਾ ਜਿਹੜਾ ਪਸੀਨਾ ਅੱਖਾਂ 'ਚ ਪਈ ਜਾਂਦਾ ਆਪਣੇ ਡੈਡੀ
ਜਾਣਾ ਇਸੇ ਜਗ੍ਹਾ ਕਈ ਨੇ ਚ ਡਬਲ ਪੈਰ ਇੱਥੇ ਲੈ ਕੇ ਜਾਣੇ ਆ ਡਬਲ ਪਿੱਛੇ ਮਾਰਨੇ ਆ ਹੈ ਜੀ ਡਬਲ ਫਿਰ ਪੈਰ ਅੰਦਰ ਲੈ ਕੇ ਜਾਣੇ ਆ ਫਿਰ ਪਿੱਛੇ ਮਾਰਨੇ ਆ ਕਈ ਤਰੀਕਿਆਂ ਨਾਲ ਲੱਗਦੀ ਆ ਇਹ ਫਿਰ ਇਹ ਇੱਥੇ ਪਿੱਛੇ ਪੈਰ ਹੁਣ ਆਪਾਂ ਲੱਕ ਸਿਰ ਨਹੀਂ ਇੱਦਾਂ ਲੈ ਕੇ ਜਾਣਾ ਠੀਕ ਆ ਹੁਣ ਇਕੱਲਾ ਮੂਹਰੇ ਬੰਨ ਕੇ ਪਿੱਛੇ ਲੱਤਾਂ ਤੇ ਖਿੱਚਣੀਆਂ ਨੇ ਠੀਕ ਆ ਇੱਥੇ ਕਰਕੇ ਇੱਥੇ ਅੰਦਰ ਕਰ ਲਓ ਚਲੋ ਰੈਡੀ ਲੱਤ ਸਿੱਧੀ ਚਲੋ ਦੱਸਿਆ ਕਰਾਂ ਲੈ